हाँ ਹਾਂ ਜੀ, ਬਾਰ ਠੀਕ ਬਣਿਆ। ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ। ਹੋਰ ਠੀਕ ਠਾਕ ਸਭ? ਵਧੀਆ। ਅੱਜ ਆਪਾਂ ਬਾਈ ਕੁਲਦੀਪ ਨਾਲ, ਡਾਕਟਰ ਸਾਹਿਬ ਨਾਲ, CIRB ਨਾਭਾ ਦੇ ਵਿੱਚ ਨੀਲੀ ਰਾਵੀ ਦਾ ਜੋ ਵੀ ਪ੍ਰੋਗਰਾਮ ਹੈਗਾ ਸਰਕਾਰ ਵੱਲੋਂ ਲੀਕਿਆ ਗਿਆ ਉਹ ਦੇਖਦੇ ਹਾਂ, ਨਾਲੇ ਦਿਖਾਉਂਦੇ ਹਾਂ ਤੁਹਾਨੂੰ। ਉਹ ਸਾਹਮਣੇ ਮੱਝਾਂ ਚਰਦੀਆਂ ਆ ਰਹੀਆਂ ਅਤੇ ਉੱਧਰੋਂ ਆਪਾਂ ਇੱਧਰੋਂ ਤੁਹਾਨੂੰ ਆ ਇਹਨਾਂ ਦਾ ਪੂਲ ਆ ਟੋਭਾ ਅਤੇ ਆਹ ਦੇਖੋ ਉਸ ਕਿਨਾਰੇ ਦੇ ਉੱਤੋਂ ਖੂੰਜੇ 'ਚੋਂ ਪਾਣੀ ਭਰ ਰਿਹਾ, ਇੱਥੇ ਆਉਣਗੀਆਂ। ਚੱਲ ਬਈ ਕੁਲਦੀਪ, ਕਿੰਨੀਆਂ ਕੁ ਮੱਝਾਂ ਹੋਣਗੀਆਂ ਕੁਲਦੀਪ ਇੱਥੇ? 500-400 ਐਨੀਮਲ ਘੱਟੋ ਘੱਟ। ਉੱਚੀ ਬੋਲ ਥੋੜ੍ਹਾ ਜਿਹਾ। 400-500 ਐਨੀਮਲ ਹੋ ਘੱਟੋ ਘੱਟ। 400-500 ਇਹ ਸਾਰਿਆਂ ਦਾ ਅਲੱਗ ਅਲੱਗ ਆ, ਸ਼ੈੱਡ ਸ਼ੁੱਡ ਜੇ ਜਿਹੜੇ ਨੇ ਇਹ ਸਭ ਅਲੱਗ ਅਲੱਗ ਡਿਪਾਰਟਮੈਂਟ ਨੇ ਇਹਨਾਂ ਦੇ? ਅਲੱਗ ਅਲੱਗ, ਇਹ ਤਾਂ ਰਿਸਰਚ ਕੇਂਦਰ ਆ ਜੀ। ਅੱਛਾ, ਰਿਸਰਚ ਹੋ ਰਹੀ ਆ ਨੀਲੀ ਰਾਵੀ ਮੱਝ ਦੇ ਉੱਤੇ। ਜਿਵੇਂ ਗੌਰਮੈਂਟ ਦਾ ICR ਮਹਿਕਮਾ ਜਿਹੜਾ ICR ਆ ਉਹਦੇ ਅੰਦਰ ਪੈਂਦਾ, ਇੱਕ CIRB ਬਣਾਇਆ ਗਿਆ। CIRB ਦਾ ਕੰਮ ਹੈਗਾ, ਜਿਹੜਾ CIRB ਆ ਉਹ ਰਿਸਰਚ ਕਰਦਾ ਜਿਹੜੀਆਂ ਬਰੀਡਾਂ, ਜਿਵੇਂ ਐਨੀਮਲ ਬਰੀਡ ਕੋਈ ਵੀ ਆ ਇਹਦੇ ਵਿੱਚ, ਜਿਵੇਂ ਗਾਊਟ ਫਾਰਮਿੰਗ ਆ ਗਈ, ਚਾਹੇ ਬਫਲੋ ਆ ਗਈ, ਚਾਹੇ ਗਾਵਾਂ ਆ ਗਈਆਂ। CIRB ਦੇ ਬਹੁਤ ਸਾਰੇ ਫਾਰਮ ਨੇ ਇੰਡੀਆ ਦੇ ਵਿੱਚ। ਜਿਹੜਾ ਇਹ CIRB ਦਾ ਨੀਲੀ ਰਾਵੀ ਦਾ ਫਾਰਮ ਆ, ਇਹ ਵਰਲਡ ਦੇ ਵਿੱਚ ਮਿਲਣ ਦਾ ਪਹਿਲਾ ਫਾਰਮ ਆ, ਜਾਂ ਇੱਕ ਸ਼ਾਇਦ ਹੋ ਸਕਦਾ ਪਾਕਿਸਤਾਨ 'ਚ ਹੋਵੇ, ਕਿਉਂਕਿ ਨੀਲੀ ਰਾਵੀ ਪਾਕਿਸਤਾਨ ਦੇ ਵਿੱਚ ਬਹੁਤ ਪਾਈ ਜਾਂਦੀ ਹੈ। ਆਹ ਸੀਗੀਆਂ ਬਾਈ ਦੇਖੋ, ਇਹ ਸਾਰੀ ਝੋਟੀਆਂ, ਇਹ ਝੋਟੀਆਂ ਨੇ ਹੀਫਰ ਸ਼ੈੱਡ। ਉਹ ਅੱਗੇ ਤੱਕ ਸਾਰੀਆਂ ਹੀਫਰਾਂ ਨੇ ਅਤੇ ਦਿਖਾਉਂਦੇ ਹਾਂ ਤੁਹਾਨੂੰ। ਇਹ ਵੱਡੀਆਂ ਨੇ, ਇਹ ਛੋਟੀਆਂ ਨੇ, ਆਹ ਗੱਬਣ ਦੇ ਨੇ, ਪਿਛਲੀਆਂ ਗੱਬਣਾਂ ਨੇ, ਆਹ ਛੋਟੀਆਂ ਨੇ, ਇਹ ਬੱਚੇ ਨੇ, ਹੋਰ ਛੋਟੇ ਜਾਣੀ 1.5-2 ਸਾਲ ਖੀਰੀਆਂ ਦੁੱਗੀਆਂ ਹੈ ਨਾ। ਖੁੱਲ੍ਹੀ ਜਗ੍ਹਾ ਬਹੁਤ ਆ ਇਹਨਾਂ ਕੋਲ ਪਿੱਛੇ। ਇਹ ਜਿਹੜੀ ਪਹੋਆ ਰਿਸਰਚ ਕੇਂਦਰ ਜਿਹੜਾ ਇਹ ਜਿਹੜੀ ਫਾਰਮਿੰਗ ਕਰਦਾ ਉਹ ਕੁਦਰਤੀ ਢੰਗ ਦੇ ਨਾਲ ਕਰਦਾ। ਹੁਣ ਜਿਵੇਂ ਤੁਸੀਂ ਉਹ ਪਿੱਛੇ ਸਾਈਡ ਦਿਖਾਵਾਂਗੇ ਆਪਾਂ, ਜਿਹੜੀਆਂ ਮੱਝਾਂ ਨੇ ਉਹ ਖੁੱਲੀਆਂ ਛੱਡੀਆਂ ਹੋਈਆਂ। ਹਾਂ, ਉਹ ਚਰੀ ਜਾਂਦੀਆਂ ਨੇ ਪਿੱਛੇ, ਨੈਚੁਰਲ ਜਿਹੜਾ ਇਨਵਾਇਰਮੈਂਟ ਜਿਹੜਾ ਹੁਣ ਮੱਝ ਨੂੰ ਚਾਹੀਦਾ, ਠੀਕ ਹੈ, ਉਹ ਆ ਜਿਵੇਂ ਆਪਾਂ ਕਹਿੰਦੇ ਵਾਟਰ ਬਫਲੋ, ਵੀ ਜਿਹੜਾ ਜਾਨਵਰ ਹੈ ਪਾਣੀ ਵਾਲਾ, ਹਾਂ ਪਾਣੀ ਦਾ ਰਹਿ ਕੇ ਖੁਸ਼ ਆ, ਉਵੇਂ ਇਹਨਾਂ ਨੂੰ ਇਨਵਾਇਰਮੈਂਟ ਦਿੱਤਾ ਗਿਆ। ਹੁਣ ਉੱਥੇ ਚੀਕੜੀ ਵੀ ਕਰੀ ਹੋਊਗਾ, ਟੋਭੇ ਟੂਭੇ ਜੇ ਬਣੇ ਹੋਣੇ, ਇੱਥੇ ਪਾਣੀ ਖੜ ਜਾਂਦਾ, ਉੱਥੇ ਲੇਟੇ ਲਾਉਂਦੀਆਂ ਨੇ, ਇਹ ਖੁਸ਼ ਵੀ ਉੱਥੇ ਹੀ ਨੇ, ਖੁਸ਼ ਵੀ ਉੱਥੇ ਹੀ ਰਹਿੰਦੀਆਂ ਨੇ ਇਹ। ਹਾਂ, ਪਾਣੀ 'ਚ ਜਿਵੇਂ ਕਈ ਵਾਰ ਆਪਾਂ ਪਸ਼ੂ ਬੰਨਦੇ ਹਾਂ, ਕਈ ਕਹਿੰਦੇ ਸਟ੍ਰੈਸ ਪੈ ਜਾਂਦਾ, ਜਿਵੇਂ ਆਹ ਮੱਝਾਂ ਨੇ ਸਟ੍ਰੈਸ ਤੁਸ ਫੀਲ ਨਹੀਂ ਕਰਦੇ ਹੈਗੀਆਂ। ਔਰ ਇੰਨੇ ਝੁੰਡ ਦੇ ਵਿੱਚ ਦੁੱਧ ਕੱਢਦੇ ਨੇ। ਹੁਣ 24/3/2023 ਦੇ ਵਿੱਚ ਇਹਨਾਂ ਨੇ ਇੱਕ ਰਿਕਾਰਡਿੰਗ ਕਰੀ ਸੀ, 614 ਨੰਬਰ ਮੱਝ ਆ ਜਿਹਦਾ 25 ਕਿਲੋ ਦੁੱਧ ਤੋਲਿਆ ਗਿਆ ਪੂਰੇ ਫਾਰਮ ਦੇ ਵਿੱਚ। ਇੰਨੇ ਜਾਨਵਰ ਦੇ ਵਿੱਚ ਰਹਿ ਕੇ 25 ਕਿਲੋ ਦੁੱਧ ਤੋਲਿਆ ਮੱਝ ਨੇ, ਬਹੁਤ ਦੁੱਧ ਕੱਢਿਆ। ਐਵਰੇਜ ਉਹਦੇ 8 ਦੀ ਫੈਟ ਜਿਹੜੀ ਹੈ, ਐਵਰੇਜ ਜਿਹੜੀ ਫੈਟ ਆ ਉਹਦੇ 8 ਦੀ ਰਹਿੰਦੀ ਆ ਇਹਨੇ। ਇਹਦੇ 'ਚ ਇੱਕ ਗੱਲ ਆ ਮੋਹਰਾ ਅਤੇ ਇਹਦੇ ਵਿੱਚ ਨੀਲੀ ਰਾਵੀ 'ਚ ਫਰਕ ਇਹ ਆ ਵੀ ਜਿਹੜੀ ਦੁੱਧ ਨੇ ਕੁਆਲਿਟੀ ਆ ਉਹ ਜ਼ਿਆਦਾ ਲੰਬਾ ਟਾਈਮ ਦੁੱਧ ਦਿੰਦੀਆਂ ਨੇ ਇਹ। ਦੂਜੀ ਕੀ ਆ, ਫੈਟ ਬਹੁਤ ਆਉਂਦੀ ਇਹਨਾਂ ਦੀ। ਫਿਰ ਇਹਨਾਂ ਨੂੰ ਆਹ ਕੁਦਰਤੀ ਢੰਗ ਦੇ ਵਿੱਚ ਇਹ ਨਹਾਉ, ਆਹ ਦੇਖੋ ਕਿਵੇਂ ਭੱਜੀ, ਉਹ ਬੰਦੇ ਬਹੁਤੇ ਆਉਂਦੇ ਨਹੀਂ ਹੈਗੇ, ਪਰ ਲੇਵੇ ਲੂਵੇ ਆਹ ਦੇਖੋ, ਆਹ ਮੱਝ ਖੜੀ ਆ, ਮੱਝ ਆਉਂਦੀ ਆ ਬਾਈ ਲਿਬੜੀ ਜਿਹੜੀ, ਦੇਖੋ ਤੁਸੀਂ ਸਿੰਘ ਸਿੰਘ ਭਾਵੇਂ ਕਹੇ ਜੇ ਨੇ, ਲੇਵਾ ਦੇਖੋ ਬੰਦਾ, ਚੱਲਦੇ ਆ ਉੱਧਰ ਵੀ ਚੱਲਦੇ ਆ। ਲਓ ਆਹ ਦੇਖੋ ਮਿੱਤਰੋ, ਚੌੜੀ ਚੂੜੀ ਲੇਵੇ ਦੀ ਕੁਆਲਿਟੀ ਦੇਖੋ ਤੁਸੀਂ, ਅਤੇ ਕਈ ਤਾਂ ਹਾਂ ਫਰੈਂਡਲੀ ਹੁੰਦੀਆਂ ਨੇ ਆ ਜਾਂਦੀਆਂ ਨੇ ਹੈ ਨਾ, ਉਹ ਦੇਖੋ ਪਿੱਛੋਂ ਕਿਵੇਂ ਆ ਰਹੀਆਂ, ਕਈ ਇਹ ਬਸ ਬੁਰਾ ਮੰਨ ਜਾਂਦੀਆਂ ਨੇ ਉੱਪਰ ਆਏ ਬੰਦੇ ਨੂੰ ਦੇਖ ਕੇ, ਪਰ ਸਿੰਘ ਚਾਹੇ ਜਿਹੋ ਜਿਹੇ ਮਰਜ਼ੀ ਨੇ ਇਹਨਾਂ ਦੇ, ਵਿੰਗੇ ਟੇਢੇ, ਕਿਸੇ ਨੇ ਤੜਾ ਲਿਆ, ਕਿਸੇ ਨੇ ਕੁਛ ਕਰ ਲਿਆ, ਅਤੇ ਪਰ ਲੇਵੇ ਦੀ ਬਿਊਟੀ ਬਹੁਤ ਆ। ਦੇਖੋ ਕਿਵੇਂ ਆਉਂਦੀਆਂ ਨੇ, ਦੇਖੋ ਦਿਖਾਉਂਦੇ ਆ, ਆਹ ਚਿੱਕੜ ਦੇ ਵਿੱਚ ਆਹ ਲਾਉਂਦੀਆਂ ਨੇ ਲੇਟੇ, ਦੇਖੋ ਇੱਥੇ ਬਸ ਖੜ ਜਾਓ। ਕਰਦੇ ਆ ਗੱਲ ਬਾਈ ਨਾਲ, ਇਹ
ਕਿੰਨੀਆਂ ਮੱਝਾਂ ਨੇ ਉਰੇ ਇਹ ਉਰੇ ਛੋਟੇ ਬੜੇ ਮਿਲਾ ਕੇ 500 500 ਹੁੰਦੇ ਸਾਡੇ 500 ਅੱਛਾ ਇਹ ਇਹ ਸਾਰੇ ਪਸ਼ੂ ਨੇ ਇਹ ਇਹ ਮਿਲਕਿੰਗ ਵਾਲੇ ਨੇ ਹਾਂ ਮਿਲਕਿੰਗ ਇਹ ਚੋਂਦੇ ਫਿਰ ਇਹਨਾਂ ਨੂੰ ਤੁਸੀਂ ਮਸ਼ੀਨਾਂ ਨਾਲ ਜਾਂ ਕਿਵੇਂ ਵੀ ਮਸ਼ੀਨਾਂ ਨਾਲ ਵੀ ਚੋਂਦੇ ਹੱਥਾਂ ਨਾਲ ਵੀ ਅੱਛਾ ਤੇ ਕਿੰਨੇ ਕੁ ਦੁੱਧ ਤੱਕ ਪਹੁੰਚ ਜਾਂਦੀਆਂ ਨੇ ਇਹ ਦੁੱਧ ਤਾਂ ਹੁਣ ਵਿੱਚ ਕੋਈ 18 ਕੋਈ 20 ਕੋਈ 15 10 ਵਾਲੇ ਵੀ ਹੈ 8 ਵਾਲੇ ਵੀ ਹੈ ਨਹੀਂ ਕਹਦੇ ਕਿ ਸਾਰੇ ਬਰਬਰ ਦਿੰਦੇ ਕੱਟ ਬੱਦ ਵੀ ਦਿੰਦੇ ਹਾਂ ਵਧੀਆ ਤੋਂ ਵਧੀਆ ਕੋਈ 18 ਲੀਟਰ ਵਾਲੇ ਵੀ ਹੈ 20 ਤੱਕ ਵੀ ਹੈ 22 ਤੱਕ ਫਿਰ ਉਸ ਤੋਂ ਥੱਲੇ ਹਾਂ ਉਹ 614 ਨੰਬਰ ਦੀ ਜਿਵੇਂ ਚਵਾਈ ਚੱਲ ਰਹੀ ਆ 25 ਕਿਲੋ ਤੇ ਵੀ ਗਈ ਆਹ ਦੇਖੋ ਮੱਝ ਦਾ ਲੇਵਾ ਮੱਝ ਤਾਂ ਵਧੀਆ ਆ ਰਿਹਾ ਦੇਖੋ ਅੱਖਾਂ ਉੱਖਾਂ ਆਹ ਚੀਜ਼ਾਂ ਆਪਾਂ ਨੂੰ ਬਾਹਰੋਂ ਮਿਲਦੀਆਂ ਹੀ ਨਹੀਂ ਹੈਗੀਆਂ ਛੇਤੀ ਛੇਤੀ ਨੀਲੀ ਰਾਵੀ ਦੀਆਂ ਨਿਸ਼ਾਨੀਆਂ ਮਿਲ ਜਾਣਗੀਆਂ ਪਰ ਜਿਹੜੀ ਅੱਖ ਆ ਇਹ ਅੱਖ ਵਾਲੀ ਚੀਜ਼ ਆਪਾਂ ਆਹ ਦੇਖੋ ਆ ਛੋਟੀ ਝੋਟੀ ਆ ਪਰ ਇਹਦਾ ਲੇਵਾ ਦੇਖੋ ਉਹ ਭੱਜ ਲਈ ਨੀਂਦਾ ਉਹ ਤੁਹਾਨੂੰ ਲੇਵਿਆਂ ਦੇ ਡਿਜ਼ਾਇਨ ਨੇ ਜਿਹੜੇ ਇਹ ਬਹੁਤ ਕਾਬਲੇ ਤਾਰੀਫ ਨੇ ਲੇਵਾ ਇਹ ਹਜੇ ਛੱਡਦੇ ਹੈਗੇ ਸਾਰੇ 3-4 ਮਹੀਨੇ ਲੱਗਦੇ ਅੱਜ ਸੂਈ ਹੈ ਹਾਂ ਨਸਲ ਦਾ ਤਿਆਰ ਕਰਨਾ ਟੀਕਾ ਲੈ ਜਾਓ ਉਰੇ ਤੋਂ ਮਿਲਦਾ ਹੈਗਾ ਅੱਛਾ 17 ਰੁਪਏ ਦਾ ਟੀਕਾ ਠੀਕ ਹੈ ਬਹੁਤ ਸਸਤਾ ਹੈ ਤੇ ਵਧੀਆ ਛੋਟੇ ਦਾ ਦੇਣਗੇ ਜਿਹੜੇ ਉਹਦੀ ਮਾਂ ਦੁੱਧ ਦਿੰਦੇ ਹੋਏ ਵਧੀਆ ਉਹ ਨਸਲ ਤਿਆਰ ਕਰਦੇ ਨਹੀਂ ਕਿ ਜਿਹੜੀ 2 ਲੀਟਰ ਦਿੰਦੇ ਉਹਨੂੰ ਇਹ ਫਿਰ ਇਹ ਹੁਣ ਕਿੰਨੇ ਵਜੇ ਛੱਡੀਆਂ ਇੱਧਰ ਇਹ ਤਾਂ ਹੁਣ ਕੋਈ ਦਿਨ 8 ਵਜੇ ਆ ਜਾਂਦੇ ਕੋਈ ਦਿਨ 9 ਵਜੇ ਉੱਧਰੋਂ ਕੰਮ ਕੁੰਮ ਮੁੱਕਦਾ ਹੈ ਕਈ ਵਾਰ ਉੱਧਰ ਕੰਮ ਹੁੰਦਾ ਲੈ ਐਂ ਕਰ ਫਿਰ ਉੱਥੇ ਤੱਕ ਆ ਜਾ ਇਹਨਾਂ ਨੂੰ ਮੋੜਦੀ ਨਹੀਂ ਤਾਂ ਫਿਰ ਸਾਡੇ ਪਿੱਛੇ ਬਾਹਰ ਹੀ ਆ ਜਾਣਗੀਆਂ ਆ ਜਾ ਕੇ ਇੱਧਰ ਨੂੰ ਵੈਸੇ ਸਮਝਦਾਰ ਬਾਹਰ ਇਹ ਬਰੀਡ ਲਓ ਹੁਣ ਉਹ ਕਹਿ ਰਹੇ ਹੁੰਦੇ ਆ ਵੀ ਕਾਂਕਰੇਜ ਪਿੱਛੇ ਆ ਜਾਂਦੀ ਆ ਮਾਲਕ ਦੇ ਹੁਣ ਆ ਬਾਈ ਕੋਲੇ ਬਾਈ ਦੇ ਇਸ਼ਾਰੇ ਤੇ ਚੱਲਦੀਆਂ ਨੇ ਇਹ ਕੋਈ ਅੱਗੇ ਨਹੀਂ ਵੱਧ ਰਹੀ ਮਾਰਨ ਮੂਰਨ ਵਾਲੀ ਤਾਂ ਕੋਈ ਗੱਲ ਹੈ ਨਹੀਂ ਪਰ ਫੇਰ ਵੀ ਇਹਨਾਂ ਨੂੰ ਆਪਦੇ ਮਾਲਕ ਦਾ ਹੁੰਦਾ ਹੀ ਆ ਚਲੋ ਕਲਦੀਪ ਆਹ ਕੀ ਚੀਜ਼ ਆ ਇਹ ਆਹ ਕੰਡਾ ਕਾਹਦੇ ਲਈ ਆ ਹਰ ਮਹੀਨੇ ਜਿਹੜਾ ਜਾਨਵਰ ਆ ਉਹਦਾ ਬਾਡੀ ਵੇਟ ਕਰਿਆ ਜਾਂਦਾ ਵੀ ਇਹਦਾ ਬਾਡੀ ਵੇਟ ਕਿੰਨਾ ਕੰਡਾ ਲੱਗਿਆ ਹੋਇਆ ਇਹਦੇ ਕੱਪੜੇ ਪਏ ਨੇ ਜਿਹੜੇ ਮੁੰਡੇ ਕੰਮ ਕਰਦੇ ਨੇ ਇਹ ਕੰਡਾ ਲੱਗਿਆ ਹੋਇਆ ਕਿਹੜਾ ਪੁਰਾਣਾ ਆਹ ਦੇਖੋ ਆਹ ਪੁਰਾਣਾ ਕੰਡਾ ਲੱਗਿਆ ਹੋਇਆ ਆਹ ਕੱਪੜੇ ਕੁੱਪੜੇ ਜੇ ਆ ਗਏ ਮੂਹਰੇ ਇੱਧਰ ਦੀ ਦੇਖੋ ਸਾਈਡ ਆਹ ਸੀ ਆ ਪੁਰਾਣਾ ਕੰਡਾ ਇਹ ਮੰਡੀਆਂ ਮੰਡੀਆਂ ਬਾਡੀ ਵੇਟ ਤੋਲਦਾ ਇਹ ਪੂਰਾ ਇਕੁਅਲ ਤੋਲਦਾ ਸਹੀ ਅੱਛਾ ਇਹ ਫਿਰ ਆਪਾਂ ਤਾਂ ਊਂ ਕਹਿ ਦਿੰਦੇ ਹਾਂ ਵੀ ਕੁਛ ਨਹੀਂ ਹੈਗਾ ਇੱਥੇ ਸਰਕਾਰੀ ਕੰਮਾਂ ਦੇ ਵਿੱਚ ਪਰ ਇਹ ਤਾਂ ਬਹੁਤ ਵੱਡਾ ਹੋਆ ਬਹੁਤ ਧਿਆਨ ਨਾਲ ਕਰ ਰਿਹਾ ਕੰਮ ਇਹ ਇਹਨਾਂ ਨੇ ਬਰੀਡ ਬਹੁਤ ਸੁਧਾਰ ਲਈ ਜੇ ਆਪਾਂ ਕਹਿ ਦਈਏ 25 ਕਿਲੋ ਵਾਲੀ ਨੀਲੀ ਰਾਵੀ ਅੱਜ ਹੈਗੀ ਆ ਉਹ ਸਰਕਾਰੀ ਫਾਰਮ ਦੇ ਵਿੱਚ ਇਹਨਾਂ ਕੋਲ 314 ਨੰਬਰ ਡਾਇਆ ਪਿਆ ਆਹ ਕਿਹੜੀ ਬਰੀਡ ਆ ਆਹ ਕਿਹੜੀ ਕੈਟਾਗਰੀ ਆ ਇਹ ਜਿਹੜੀਆਂ ਛੋਟੀਆਂ ਝੋਟੀਆਂ ਨੇ ਜਿਵੇਂ 12-15 ਮਹੀਨੇ ਵਾਲੀਆਂ ਇਹ ਛੋਟੀਆਂ ਝੋਟੀਆਂ ਤਿਆਰ ਹੋ ਰਹੀਆਂ ਨੇ ਇਹ ਦੱਬਣ ਨਹੀਂਗੇ ਜਿਆਸ ਹੋਣੀਆਂ ਨੇ ਠੀਕ ਆ ਇਹਨਾਂ ਨੇ ਸ਼ੈੱਡ ਸ਼ੁੱਡ ਬਹੁਤ ਖੁੱਲੇ ਤੇ ਹਵਾਦਾਰ ਨੇ ਹਨਾ ਐਵੇਂ ਹੀ ਰੱਖਦੇ ਨੇ ਹਾਂਜੀ ਜਿਹੜੀ ਇਹ ਆ ਗਰੇਵਾਲ ਸਾਹਿਬ ਆ ਇਹ ਜਿਹੜਾ ਸ਼ੈੱਡ ਦਾ ਡਿਜ਼ਾਇਨ ਆ ਇਹ ਹੈੱਡ ਟੂ ਹੈੱਡ ਆ ਸ਼ੈੱਡ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਟੇਲ ਟੂ ਟੇਲ ਇੱਕ ਹੈੱਡ ਟੂ ਹੈੱਡ ਇਹ ਜਿਹੜਾ ਸ਼ੈੱਡ ਦਾ ਡਿਜ਼ਾਇਨ ਹੈ ਹੈੱਡ ਟੂ ਹੈੱਡ ਆ ਕਈ ਜਿਹੜੇ ਕਈ ਵਾਰ ਹੈੱਡ ਜਿਹੜਾ ਹੈੱਡ ਟੂ ਹੈੱਡ ਬਣਿਆ ਹੋਇਆ ਜਿਵੇਂ ਸਾਰੀਆਂ ਮੱਝਾਂ ਜਿਹੜੇ ਝੋਟੀਆਂ ਨੇ ਉਹਨਾਂ ਦੇ ਸਿਰ ਨੂੰ ਆਹਮੋ ਸਾਹਮਣੇ ਨੇ ਸਿਰ ਅੱਛਾ ਪੂਰਬ ਤੋਂ ਪੱਛਮ ਵੱਲ ਤੇ ਹੈੱਡ ਟੂ ਹੈੱਡ ਹੈੱਡ ਟੂ ਹੈੱਡ ਆਹ ਦੇਖੋ ਆਉਣ ਜਾਣ ਵਾਸਤੇ ਰਸਤਾ ਸਾਡੇ ਹਾਂ ਜਿਵੇਂ ਟਰਾਲੀ ਆਉਂਦੀ ਆ ਪੱਠੇ ਆਹ ਇੱਥੇ ਬੰਦਾ ਚੜ੍ਹ ਕੇ ਪੱਠੇ ਇਹਦੇ ਵਿੱਚ ਪਾਉਂਦਾ ਕੋਈ ਤੋਂ ਚੜ੍ਹ ਕੇ ਪੱਠੇ ਇਹਨੇ ਪਾਈਪ ਲਾਏ ਹੋਏ ਨੇ ਖੁੱਲਦੀ ਆ ਜਿਹੜੀ ਜੂ ਟਾਈਪ ਖੁੱਲਦੀ ਬਣਾਈ ਹੋਈ ਆ ਪਲਾਸਾ ਪਾਈਪ ਲੱਗੇ ਹੋਏ ਨੇ ਇਹਨਾਂ ਦੇ ਤਾਂ ਕਿ ਇਹਦੇ ਵਿੱਚ ਪਸ਼ੂ ਚੜ੍ਹ ਨਾ ਜਾਣ
ਗੋਆ ਖੁੱਲੇ ਨੇ ਨਾ, ਕਈ ਵਾਰ ਖਰਾਬ ਕਰ ਦਿੰਦੇ ਨੇ ਪੱਠੇ, ਹੁਣ ਮੂੰਹ ਕੱਢਦੇ ਨੇ ਆਪਦਾ ਖਾਂਦੇ ਨੇ। ਇੱਧਰ ਵੀ ਐਵੇਂ ਲੱਗਿਆ ਹੋਇਆ, ਇੱਧਰ ਵੀ ਐਵੇਂ ਲੱਗਿਆ ਬਸ। ਇੱਥੋਂ ਦੀ ਆ ਦੇਲੀਆਂ ਜੀਆਂ ਤੋਂ ਉੱਪਰ ਚੜ ਜਾਂਦੇ ਨੇ। ਆਹ ਗੱਬੜ ਨੇ ਪਸ਼ੂ ਸਾਰੇ ਬਾਈ, ਇਹ ਝੋਟੀਆਂ ਹੀਫਰਾਂ ਨੇ ਜਿਹੜੀਆਂ, ਇਹ ਖੀਰੀਆਂ ਦੁੱਗੀਆਂ ਜੋ ਵੀ ਹੈਗੀਆਂ ਨੇ। ਇਸੇ ਪਾਣੀ ਵਾਲੀ ਖੇਡ ਆ, ਉਹ ਆਲੇ ਦੁਆਲੇ ਇਹਨਾਂ ਨੇ ਦਰਖਤ ਲਾਏ ਹੋਏ ਨੇ ਵਧੀਆ, ਉਹ ਅਵਾਇਰਮੈਂਟ ਆ ਟੌਪ ਦਿੱਤਾ ਗਿਆ। ਜਾਣੀ ਜਿਵੇਂ ਹੀ ਆਪਾਂ ਕਹਿ ਲਈਏ ਵੀ ਕੁਦਰਤੀ ਵਾਲਾ ਕੰਮ ਆ ਗਿਆ। ਅਤੇ ਇੱਕ ਮਿੰਟ ਦਿਖਾ ਦਈਏ ਆਪਾਂ ਆ ਸਾਰੀਆਂ, ਦੇਖੋ ਬਿਊਟੀ ਵੱਲ ਤਾਂ ਧਿਆਨ ਜਿਹੜਾ ਜਾਂਦਾ ਉਹ ਤਾਂ ਹੈਗੀ ਹੋਈ ਆ ਗੱਲਬਾਤ, ਪਰ ਜ਼ਿਆਦਾ ਕੰਮ ਮਿਲਕਿੰਗ 'ਤੇ ਚੱਲ ਰਿਹਾ। ਉਹ ਖੂੰਜੇ ਵਿੱਚ ਉਹ ਦਰੱਖਤ ਦੀਆਂ ਛਾਵਾਂ ਛਾਵੇਂ, ਉੱਥੇ ਪਾਣੀ ਵਾਲਾ ਸਿਸਟਮ ਆ। ਇੱਧਰ ਵੀ ਯੂ ਟਾਈਪ ਖੁੱਲ ਲਈ ਅਤੇ ਆਹ ਉੱਤੇ ਆ ਲੱਗਿਆ ਹੋਇਆ, ਇਹ ਗੱਬੜਾਂ ਨੇ ਬਾਈ ਸਾਰੀਆਂ। ਅਤੇ ਇਹਦੇ ਉੱਤੋਂ ਦੀ ਘੁੰਮ ਜਾਂਦਾ ਡਿਲੀਵਰੀ ਦਾ, ਠੀਕ ਆ ਜੀ। ਇਹ ਜਿਹੜਾ ਸਮਾਨ ਇਹ ਡਿਲੀਵਰੀ ਵਾਲਾ ਸਮਾਨ ਆ ਸਾਰਾ, ਜਾਂ ਮਿਲਕਿੰਗ ਹੁੰਦੀ ਆ, ਤੁਹਾਨੂੰ ਦਿਖਾਉਂਦੇ ਹਾਂ ਉੱਧਰ ਚੱਲ ਕੇ ਵੀ। ਹਾਂ ਆਹ ਪਹਿਲਾਂ ਉੱਧਰ ਛੋਟੀਆਂ ਕੱਟੀਆਂ ਸੀ, ਫਿਰ ਹੀਫਰਾਂ ਜਿਹੜੀਆਂ ਗੱਬੜਾਂ ਨੇ। ਆਹ ਯੰਗ ਕਾਵਜ਼ ਇਹਨਾਂ ਨੇ ਇੱਧਰ ਲਾਹ, ਦੋ ਪਾਰਟ ਫੋਰ ਆ ਗਏ ਇਹਦੇ ਵਿੱਚ। ਇਹ 'ਚ ਕੀ ਆ ਕੁਲਦੀਪ? ਇਹ ਛੋਟੇ ਬੱਚੇ ਨੇ ਜੀ, ਇਹ ਜਿਹੜੇ ਯੰਗ ਹੋ ਰਹੇ ਨੇ। ਦਿੰਦੀਆਂ ਨੇ ਮਾਮਾ ਜੀ ਇਹਨਾਂ ਦੀਆਂ, ਇਹਨਾਂ ਦੀਆਂ ਅੱਛਾ ਕੱਟੇ ਕੱਟੀਆਂ। ਦੇਖੋ ਤਿਆਰ, ਦੇਖੋ ਤੁਸੀਂ ਤਿਆਰੀ, ਦੇਖੋ ਇੰਨੇ ਜਾਨਵਰਾਂ ਵਿੱਚ ਤੁਸੀਂ ਦੇਖਿਆ ਕੋਈ ਲਿੱਸਾ ਹੈਗਾ ਕੋਈ ਨਾ? ਉਰੇ ਜਿਹੜੀ ਮੌਤ ਦਰ ਆ ਸਭ ਤੋਂ ਘੱਟ ਆ, ਪੁਆਇੰਟ ਮਿਹਨਸਾਂ ਦੇ ਵਿੱਚ ਇਹਨਾਂ ਜੀ। ਆਪਾਂ ਉਈ ਨਿੰਦੀ ਜਾਂਦਾ ਰਹਿੰਦੇ ਆਪਾਂ, ਕੰਮ ਵੀ ਸਰਕਾਰੀ ਹੈ, ਸਰਕਾਰੀ ਸਾਂਭ ਨਹੀਂ ਹੈ, ਸਰਕਾਰੀ ਚੀਜ਼ਾਂ ਦੇ ਵਿੱਚ ਕੁਛ ਨਹੀਂ, ਇੰਨੀ ਬਹੁਤ ਕੇਅਰ ਆ। ਆਮ ਘਰਾਂ 'ਚ ਵੀ ਬੱਚਿਆਂ ਦੀ ਮੱਝਾਂ ਮੁੱਝਾਂ ਦੀ ਇੰਨੀ ਸਾਂਭ ਸੰਭਾਲ ਨਹੀਂ ਹੈਗੀ ਹੈ, ਚਾਹੇ ਕੱਟੀਆਂ ਨੇ ਚਾਹੇ ਝੋਟੇ ਨੇ ਚਾਹੇ ਮੱਝਾਂ, ਸਿਹਤ ਵੱਲੋਂ ਬਹੁਤ ਤੰਦਰੁਸਤ ਨੇ। ਉਹ ਖੇਡ ਆ, ਪਾਣੀ ਪੀ ਰਿਹਾ। ਆਹ ਉਹੀ ਯੂ ਟਾਈਪ ਇਹਨਾਂ ਦੀਆਂ ਖੋਲੀਆਂ ਅਤੇ ਪਾਈਪਾਂ ਲੱਗੀਆਂ ਹੋਈਆਂ, ਦੂਜੇ ਪਾਸੇ ਵੀ ਐਵੇਂ ਹੀ ਆ। ਆਹ ਦੂਜੇ ਪਾਸੇ ਇਹ ਵੀ, ਇਹ ਥੋੜ੍ਹੇ ਥੋੜ੍ਹੇ ਉਹਨਾਂ ਨਾਲੋਂ ਵੱਡੇ ਬੱਚੇ ਆ, ਦੇਖੋ। ਉਹ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਵੀ ਕੀ ਕੁਛ ਪਿਆ। ਅਤੇ ਆਹ ਝੋਟੀਆਂ ਨੇ, ਇਹ ਸੂਣ ਦੇ ਨੇੜੇ ਜਿਹੜੀਆਂ ਹੋ ਜਾਂਦੀਆਂ ਨੇ ਉਹ ਆ ਜਾਂਦੀਆਂ ਨੇ ਇੱਧਰ। ਸਿਸਟਮ ਸਭ ਤੋਂ ਉਵੇਂ ਆ, ਪਾਈਪ ਲੱਗੀ ਯੂ ਟਾਈਪ ਖੁੱਲ੍ਹ ਲਈ ਅਤੇ ਉਹ ਪਿੱਛੇ ਜਾਂ ਉਹ ਅੱਗੇ ਉੱਧਰਲੇ ਖੂੰਜੇ ਦੇ ਵਿੱਚ ਇਹ ਆ ਦੇਖੋ, ਉਹ ਪਿੱਛੇ ਪਾਣੀ ਵਾਲੀ ਖੇਡ ਦਰੱਖਤ ਦੇ, ਹਰੇਕ ਖੂੰਜੇ 'ਚ ਦਰੱਖਤਾਂ ਦੀ ਛਾਂ ਦੇ ਵਿੱਚ ਪਾਣੀ ਵਾਲੀ ਖੇਡ। ਆ ਮੀਣੀ ਦੇਖੋ, ਬਹੁਤ ਜ਼ਬਰਦਸਤ ਚੀਜ਼ ਆ, ਬਹੁਤ ਸ਼ਾਨਦਾਰ। ਇਹ ਸੂਣ ਦੇ ਨੇੜੇ ਆ ਇਹਨਾਂ ਦੀਆਂ ਡਿਲੀਵਰੀਆਂ, ਇਹ ਸਾਰਾ ਸ਼ੈੱਡ ਉਹਨਾਂ ਦਾ ਹੈ। ਉਹ ਪਿੱਛੇ ਉਹ ਬਗਲੇ ਬੁਗਲੇ ਬੈਠਿਆ ਜੇ ਕੋਈ ਪਾਣੀ ਵਾਲੀ ਖੇਡ 'ਤੇ, ਗਿਟਾਰਾਂ ਬਗਲੇ ਕੋਈ ਭਾਈ ਚਿਚੜੀ ਚੁਚੜੀ ਲਾ ਦੀ ਤਾਂ ਉਹ ਤਾਰ ਦਿੰਦੇ ਆ। ਐਵੇਂ ਹੀ ਸ਼ੈੱਡ ਆਹ ਸੀਗਾ, ਆ ਦੇਖੋ ਇਹ ਇਹ ਕਿਹੜੀ ਕੈਟਾਗਰੀ ਆ ਵੀਰੇ? ਹੈ ਬਾਈ ਇਹ ਕਿਹੜੀ ਕੈਟਾਗਰੀ ਆ? ਇਹ ਗੱਬਣਾ ਨੇ ਜਾਂ ਕੀ ਚੱਕਰ ਆ? ਇਹ ਗੱਬਣ ਹੋਣ ਦੀ ਤਿਆਰੀ 'ਚ ਨੇ? ਹਾਂ ਇਹ ਗੱਬਣ ਹੋਣਗੀਆਂ ਜਾਣੀ ਹੁਣ ਇਹ ਨਾ। ਆਹ ਦੇਖੋ ਸਫਾਈ ਸਫੂਈ ਬਹੁਤ ਰੱਖਦੇ ਆ, ਸਫਾਈ ਕਰਨ ਤਿਆਰੀ ਜਾਣੀ, ਸਾਰਾ ਦਿਨ ਚੱਲ ਸੋ ਚੱਲ ਆ। ਅਤੇ ਐਵੇਂ ਹੀ ਬਾਈ ਆਪਾਂ ਕਹਿ ਦਿੰਦੇ ਹਾਂ, ਪਰ ਸਾਂਭ ਸੰਭਾਲ ਸਰਕਾਰੀ ਕੰਮਾਂ ਦੀ ਹੈਗੀ ਬਹੁਤ ਆ, ਬਹੁਤ ਕੁਛ ਆ। ਆ ਕੇ ਦੇਖਿਓ, ਦੇਖੋ ਆਹ ਹੋ ਗਈਆਂ ਇਕੱਠੀਆਂ, ਚੱਕ ਦੇਣਗੇ ਹੁਣ ਸਾਰਾ ਕੁਛ। ਅਤੇ ਆਹ ਸੀਗੀਆਂ ਦੇਖੋ ਇਕੱਠੀਆਂ ਸਾਰੀਆਂ, ਦੇਖੋ ਸ਼ੈੱਡਾਂ ਦਾ ਡਿਜ਼ਾਈਨ ਉਵੇਂ ਹੀ, ਉਹ ਹੈੱਡ ਟੂ ਹੈੱਡ ਅਤੇ ਪੂਰਬ ਤੋਂ ਪੱਛਮ ਵੱਲ ਨੂੰ ਹਵਾ ਦੀ ਕਰੋਸਿੰਗ। ਦੇਖੋ ਆਪਾਂ ਇੰਨਾ ਮਹਿੰਗਾ ਖਰਚੇ ਕਰ ਦਿੰਦੇ ਹਾਂ, ਇਹਨਾਂ ਨੇ ਸਾਰੇ ਹੀ ਸ਼ੈੱਡ
आ उत्ते चादर पाईया हुई ने, देखो इन्हों का सिस्टम चादर ने। बस आह पिलर कढ के अंदरले पास्यों आ कंधा, अंदरले पास्यों ये कंधा प्लास्टर करके बारे रंग मारता। खर्चा भी घटाना। यूनिवर्सिटी चो गल्लां तां सीखण नूं तां बहुत मिल जांदियां ने, पर आपां थोड़ा जिहा अपना दिमाग वरत लैंदे आ ते उह काम फिर घाटे दा सौदा हो जांदा। लो जी आह इन्हां दा काविंग शैड आ, इत्थे डिलीवरी डिलूवरी हुंदी आ जे कोई पशु सूण वाला हुंदा। चलो गेट तां लग्गिया होया, तुहानूं दिखाउने आ। आ एवें दा आ सिस्टम, अंदरों अलग अलग पोर्शन बने हुए आ। सूण तो 8-10 दिन पहला जिहड़े उरे पशु आ जांदे ने। अच्छा, क्योंकि उन्होंने जिहड़ी डाइट प्लान आ उह अलग करी जांदी आ। फिर ये किन्ने दिन तक फिर अंदर मां ते बच्चा रहिंदा? सूण तो बस तुरंत बाद इधर जदों जेर जूर पै गई, यानी सूण तो पहला 10 दिन इधर रखदे, क्योंकि फिर जिहड़ा हुण इन्ने जानवरां विच किवें देखभाल करन। लो जी आह इन्हां दी सरकारी डिस्पेंसरी आ, ट्रीटमेंट इत्थे हुंदा। बाहरे एक दा हो रहा, जे पशु नूं किसे नूं दिक्कत आउंदी आ तां इत्थे इह करदे आ, इस पोर्शन दे विच ले आउंदे आ। आ उधरले पासे तुहानूं दिखाउने आ इक मझ दा ट्रीटमेंट चल रहा, जां जो भी बच्चे कुछ भी हुंदा। आ बोतल लग रही आ मझ दे ते आ सीगी, इह सारा ट्रीटमेंट वाला पोर्शन आ। ते दूजे पासे थोनों अगे मिल्किंग शैड। लो जी आ तां ए शैड हैगा, ए पोर्शन दे विच पहला तां हैड टू हैड सी, ए टेल टू टेल आ। आ बई सामदा इत्थे सारा कुछ, बच्चे इत्थे जिहड़े छोटे बच्चे आ जिवें ही ताजियां सूईयां मझां, ए उहनां दे बच्चे इत्थे रखे जांदे आ। ते इहनां नालों कुछ बच्चे जिहड़े वड्डे हो जांदे आ उह परले पासे चले जांदे आ। सफाई सफुई का बहुत प्रबंध आ, सहूलत देखो, पखे पुखे सारा कुछ, कितों भी कोई गंदा पोर्शन गंदा हिस्सा नहीं मिलेगा। कर्मचारी मेहनत बहुत करते आ। ते आ इधर जालियां जूलियां मक्खी मच्छर तो सारा यह प्रबंध बहुत। ते आह इन्हां दा मिल्किंग शैड आ, इहदे विच पशु जिहड़े मिल्किंग ते चल रहे ने करदे ने, जां इन्हां दीआं चवाईआं सरकारी जिन्हां दीआं चलदीआं, ये वो इत्थे उधरों आ देखो गिड़े गुड़े कढ के उधरों आईआं होईआं। आ सब ये मिल्किंग शैड आ। ते आ इन्हां दा ढोल ढाल ड्रम पाणी वास्ते, आ दाणा पिया देखो। ते दरख्त दरुख्त आ इहदे च दाणा, इहदी सफाई चल रही आ, दाणा दूणा भिओ दिंदे आ इस दे विच, आ टूटी लगी आ। ते इत्थों दी देखो सामने मशीनां लंघ रहीआं ने, ते आह इधरले पासे उह सामने मशीनां कंट्रोल करन वास्ते, ते चिल्लर वगैरा इत्थे सारा कुछ रिकॉर्ड हुंदा लग्गिया होया। ते आह इक इहनां दी आ देखो, इह सेंट्रल इंस्टीट्यूट ऑफ रिसर्च ऑन बफलो सब कैंपस वीर सांझ नाभा। ते इहदे विच इक मझ हैगी आ जिहड़ी, ते 103 नंबर नंबर ऑफ बफलोज इन मिल्क 103 मझां ने जिन्हां दे दुध ते चल रहीआं ने। ते इस बार इन्हां दी जिहड़ी बफलो नंबर 614 इहने सब तों ज़्यादा दुध कढ़िया इत्थे, 25 किलो 100 ग्राम नूं हत्थ ला गई मझ उह। इन्हां दा इह डाटा मेनटेन करके रखदे आ, रिकॉर्डिंग सारी रहिंदी आ। ते आह ऑफिस हैगा इन्हां दा, ते सामने टाल आ पट्ठिआं वाली, इत्थों टोका कट कुट के इत्थों चला जांदा उधर। आह आपां इहदी बैक साइड ते आ गए, आ उही मशीन वाला स्टोर आ जिथे कंट्रोल करदे आ सारा। ते आह आ गईआं, आह देखो गऊआं वांगू इन्हां दे आ खाने जिहे बणाए होए ने। आ खोली आ उही यू आकार दी, ये सारे देखो सारिया मझां दे इन्हां दे लेवियां दीआं बणतर डिजाइन डिजून बहुत ही जबरदस्त आ, क्योंकि खुला माहौल जंगल नुमा माहौल आ इत्थे, दरख्त दरुख्त बहुत ने, खुला सारा कुछ छड्डिया जांदा, पशु चिक्कड़ च लिबड़दे ने, क्योंकि इहनूं वाटर बफलो कह दिंदे आ। ते ये देखो बहुत तक मशीनां ही मशीनां टंगियां हुईआं ने,
ਇਹ ਸਾਰਾ ਸਿਸਟਮ ਦੇਖੋ ਵੱਡੀਆਂ ਮੱਝਾਂ ਝੋਟੀਆਂ ਜਿਨ੍ਹਾਂ ਦੀਆਂ ਚਵਾਈਆਂ ਚੱਲਦੀਆਂ ਹੀ ਰਹਿੰਦੀਆਂ ਨੇ ਇੱਥੇ ਦੁੱਧ ਤੇ ਆਉਂਦੇ ਹੀ ਰਹਿੰਦੇ ਆ ਪਸ਼ੂ ਇਹ ਸਾਰੇ ਉਹੀ ਨੇ ਕੋਈ ਬਹੁਤਾ ਸਪੈਸ਼ਲ ਅਨਾਜ ਦਾਣਾ ਪਾਣੀ ਇਹਨਾਂ ਨੂੰ ਦਿੱਤਾ ਨਹੀਂ ਜਾਂਦਾ ਅਤੇ ਉਹ ਸਾਹਮਣੇ ਚਿੱਟਾ ਚਿੱਟਾ ਦੇਖੋ ਆਹ ਹਰੇਕ ਮੱਝ ਦਾ ਨੰਬਰ ਵਗੈਰਾ ਲਾ ਕੇ ਜਦੋਂ ਧਾਰਾਂ ਕੱਢਦੇ ਆ ਇਹ ਇੱਥੇ ਲਾ ਦਿੱਤਾ ਖੜਾ ਦਿੱਤੀਆਂ ਜਾਂਦੀਆਂ ਨੇ ਆਪੋ ਆਪਣੇ ਥਾਵਾਂ ਦੇ ਉੱਤੇ ਅਤੇ ਫਿਰ ਇਹਨਾਂ ਦੀਆਂ ਚਵਾਈਆਂ ਡਿਟੇਲ ਸਾਰੀ ਕੁਛ ਰਿਕਾਰਡ ਹੋ ਜਾਂਦੀ ਹੈ ਇਸ ਢੰਗ ਨਾਲ ਕਰਦੇ ਆ ਇਹ ਅਤੇ ਆਹ ਦੇਖੋ ਐਂ ਟੋਕਾ ਕਰਦੇ ਆ ਇਹ ਆਹ ਬਾਈ ਸਾਰਾ ਦਿਨ ਲੱਗੇ ਰਹਿੰਦੇ ਆ ਟਾਲ 'ਤੇ ਆਹ ਰੁੱਗ ਲਾਏ ਇੱਧਰੋਂ ਸਿੱਧੀ ਟਰਾਲੀ ਭਰੀ ਇਹ ਸਿੱਧੀ ਟਰਾਲੀ ਭਰ ਕੇ ਬਸ ਜਿਹੜੇ ਸ਼ੈੱਡ 'ਚ ਲੋੜ ਆ ਉੱਥੇ ਇਹ ਉਤਾਰ ਦਿੰਦੇ ਆ ਲਿਜਾ ਕੇ ਆਹ ਅੱਗਿਓਂ ਬਸ ਆ ਟਰੈਕਟਰ ਇੱਥੋਂ ਪਾ ਕੇ ਟਰੈਕਟਰ ਨਾਲ ਜੋੜ ਕੇ ਲੈ ਜਾਂਦੇ ਆ ਇਹ ਹੋ ਜਾਂਦਾ ਇਹਨਾਂ ਦਾ ਹੁਣ ਆਪਾਂ ਇਹਨਾਂ ਦਾ ਦਾਣਾ ਦੂਣਾ ਜੋ ਵੀ ਕਰਦੇ ਆ ਫੀਡਿੰਗ ਸਿਸਟਮ ਆਹ ਸੀਗਾ ਇੱਥੇ ਇਹਨਾਂ ਦੀ ਆਪਦੀ ਹੋਈ ਫੀਡ ਫੈਕਟਰੀ ਲੱਗੀ ਹੋਈ ਆ ਇਹ ਬਣਾਉਂਦੇ ਆ ਦੂਜੇ ਪਾਸੇ ਦੀ ਚੱਲਦੇ ਹਾਂ ਆਪਾਂ ਅਤੇ ਇੱਧਰੋਂ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਇਹ ਸਟੋਰ ਆ ਇਹਨਾਂ ਦਾ ਇਹਦੇ 'ਚ ਦਾਣਾ ਦੂਣਾ ਅਨਾਜ ਇਹਨਾਂ ਦਾ ਸਟੋਰ ਹੁੰਦਾ ਇਹ ਬਹੁਤਾ ਕੁਛ ਨਹੀਂ ਪਾਉਂਦੇ ਤਕਰੀਬਨ ਕਣਕ ਹੋ ਗਈ ਜੌਂ ਹੋ ਗਏ ਮੱਕੀ ਹੋ ਗਈ ਬਸ ਇਹੋ ਜਿਹਾ ਕੁਛ ਆ ਦੇਖੋ ਇਹ ਸਾਰਾ ਹੀ ਬਸ ਇਸੇ ਕਾਸੇ ਨਾਲ ਇਹ ਭਰਿਆ ਹੁੰਦਾ ਹੁਣ ਆਪਾਂ ਫੀਡ ਫੈਕਟਰੀ ਇਹਨਾਂ ਦੀ ਜਿਹੜੀ ਲਾਈ ਹੋਈ ਆ ਉਹ ਦੇਖਦੇ ਹਾਂ ਪੁੱਛ ਵੀ ਲੈਂਦੇ ਹਾਂ ਬਾਈਆਂ ਨੂੰ ਹੋਰ ਬਾਈ ਫੀਡ ਫੈਕਟਰੀ ਇਹ ਜਿਹੜਾ ਤੁਸੀਂ ਦਾਣਾ ਜਿਹੜਾ ਤੁਸੀਂ ਇਹ ਦਾਣਾ ਬਣਾਉਂਦੇ ਹੋ ਇਹਦੇ 'ਚ ਕਿਹੜੀਆਂ ਕਿਹੜੀਆਂ ਚੀਜ਼ਾਂ ਪਾ ਦਿੰਦੇ ਹੋ ਕਣਕ ਜੌਂ ਆਹ ਮੁੰਡਾ ਜੌਂ ਕਣਕ ਹੋਰ ਮੂੰਗਫਲੀ ਦੀ ਖਾਲ ਸਰੋਂ ਦੀ ਖਾਲ ਮੱਕੀ ਅੱਛਾ ਇੰਨਾ ਪਾ ਕੇ ਕੈਮੀਕਲ ਹੁੰਦਾ ਉੱਪਰ ਠੀਕ ਹੈ ਲਓ ਆਹ ਸਾਰਾ ਸਿਸਟਮ ਇਹਨਾਂ ਦਾ ਆਪਦਾ ਹੀ ਆ ਬਾਹਰੋਂ ਕੁਛ ਨਹੀਂ ਆਉਂਦਾ ਆਹ ਬਾਈ ਇੱਥੇ ਕੰਮ ਕਰਦੇ ਆ ਫੀਡ ਬਣਾ ਕੇ ਉੱਧਰ ਭੇਜ ਦਿੰਦੇ ਆ ਸਪਲਾਈ ਕਰਦੇ ਆ ਬਣੀ ਪਈ ਆ ਅਤੇ ਸਮੇਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਲੋੜ ਹੁੰਦੀ ਆ ਆਹ ਦੇਖੋ ਆਪਾਂ ਐਡੇਡੇ ਕਮਰੇ ਐਡੇਡੇ ਲੈਂਟਰ ਲਾ ਦਿੰਦੇ ਹਾਂ ਬਿਲਕੁਲ ਸਸਤੇ ਜੇ ਸੌਦੇ ਕਰੇ ਹੋਏ ਨੇ ਯੂਨੀਵਰਸਿਟੀ ਗੱਲਾਂ ਤਾਂ ਬਹੁਤ ਸਿਖਾਉਂਦੀ ਆ ਬਸ ਆਪਾਂ ਥੋੜ੍ਹੀ ਜਿਹੀ ਘੋਲ ਕਰ ਦਿੰਦੇ ਹਾਂ ਆਹ ਦੇਖੋ ਸਾਹਮਣੇ ਤੂੜੀ ਵਾਲਾ ਥੱਲੋਂ ਕੰਧਾਂ ਚੱਕ ਕੇ ਉੱਤੇ ਟੀਨਾਂ ਪਾ ਦੀਆਂ ਬਸ ਗੱਲ ਨਿਬੜੀ ਲੰਬੀ ਚੌੜੀ ਕਹਾਣੀ ਨਹੀਂ ਹੈ ਕੋਈ ਆਹ ਉਹ ਫਰੰਟ ਆ ਆਹ ਫਰੰਟ ਆ ਆਹ ਸ਼ੈੱਡ ਵੀ ਤੂੜੀ ਵਾਲਾ ਇਹਦੀ ਬੈਕ ਆ ਦੇਖ ਲਓ ਜੀ ਆਹ ਅਗਲਾ ਪੋਰਸ਼ਨ ਆ ਗਿਆ ਕੱਟਿਆਂ ਦਾ ਜਿਹੜੇ ਨਵੇਂ ਨਵੇਂ ਇਹ ਜਵਾਨ ਹੋ ਰਹੇ ਨੇ ਇਹਨਾਂ ਦੀਆਂ ਮਾਵਾਂ ਉਧਰੋਂ ਦੁੱਧ ਨੇ ਉਹਨਾਂ ਦੀ ਕੈਲਕੂਲੇਸ਼ਨ ਕਰਕੇ ਸਾਰੀ ਜਿਹੜੇ ਚੰਗੇ ਹੋਣਗੇ ਰੱਖ ਲੈਣਗੇ ਬਾਕੀ ਜਿਹੜੀਆਂ ਇਹਨਾਂ ਦੀਆਂ ਸ਼ਰਤਾਂ ਦੇ ਉੱਤੇ ਨਹੀਂ ਪੂਰੇ ਉਤਰਦੇ ਹੋਣਗੇ ਉਹ ਸਾਰੇ ਕੱਟੇ ਇਹ ਨਿਲਾਮੀ ਦੇ ਵਿੱਚ ਆਉਣਗੇ ਆਹ ਸਾਰਾ ਦਿਖਾਉਣਾ ਤੁਹਾਨੂੰ ਧੁੱਪ ਇੱਕ ਤਾਂ ਉਹ ਦੇਖੋ ਪਿੱਛੇ ਤੱਕ ਸਾਰੇ ਇਹ ਕੱਟਿਆਂ ਵਾਸਤੇ ਹੀ ਆ ਪਰ ਚਾਹੇ ਵੇਚਣ ਦੀ ਇਹਦਾ ਨਿਲਾਮ ਵੀ ਕਰਨਗੇ ਪਰ ਸਿਹਤ ਦੇਖੋ ਕੋਈ ਵੀ ਕੱਟਾ ਤੁਹਾਨੂੰ ਐਂ ਨਹੀਂ ਲੱਗੂ ਵੀ ਇਹ ਬੇਗੌਰੀ 'ਚ ਖੜ੍ਹਾ ਜਾਂ ਸਾਹਮਣੀ ਹੈ ਅਤੇ ਇੱਧਰਲੇ ਪਾਸੇ ਮੱਝਾਂ ਉਹ ਆ ਗਈਆਂ ਅਗਲੇ ਪੋਰਸ਼ਨ ਦੇ ਵਿੱਚ ਜਿਹੜੀਆਂ ਦੁੱਧੋਂ ਸੁੱਕੀਆਂ ਹੋਈਆਂ ਨੇ ਅਤੇ ਸੂਣਗੀਆਂ ਇਹ ਪੋਰਸ਼ਨ ਉਹ ਆ ਗਿਆ ਇੱਕ ਮਿੰਟ ਖੜ ਦੁਬਾਰਾ ਬੋਲ ਲਓ ਜੀ ਆਹ ਮੱਝਾਂ ਸਾਰੀਆਂ ਇਹ ਦੁੱਧੋਂ ਸੁੱਕੀਆਂ ਦੁੱਧ ਦਿੰਦੀਆਂ ਨਹੀਂ ਸੂਣ ਦੇ ਨੇੜੇ ਆ ਕੰਮ ਇਹਨਾਂ ਦਾ ਬਸ ਜਿਵੇਂ ਜਿਵੇਂ ਤਰੀਕਾਂ ਟਾਈਮ ਦੇ ਹਿਸਾਬ 'ਚ ਜਾਈ ਜਾਣਗੀਆਂ ਨੇੜੇ ਲੱਗੀ ਜਾਣਗੀਆਂ ਨੰਬਰ ਟੈਗ ਸਭ ਦਾ ਰਿਕਾਰਡ ਹੈ ਉਸੇ ਹਿਸਾਬ ਦੇ ਵਿੱਚ ਇਹ ਉੱਧਰ ਨੂੰ ਜਾਈ ਜਾਣਗੀਆਂ
देखो एह जहा सिस्टम आ गौरमेंट का बनाया हुआ आ सारा ही ये जंगल नुमा ये खुलियां ही ने रस्सा रुस्सा तो इन्हों चवाई वेले भी नहीं पाते ये तो उही गल फिर आ जाती है भी मज आप वाटर बफलो कह दें देखो कि खुला माहौल ना ये भिड़द कुछ नहीं माड़ी मोटी शरारत चलो चा ढे झोटे कहें बिगड़ जाते आ भी फिरद खुले देखो तो कोई लो है किसी की सेहत माड़ी देखो भजद डारा वागू जिमें रोज़ भजते होंगे लो आ कट्टा नेड़े दिस रहा अपन दसो किड़े पास्यों सेहत माड़ी है जी तो जे आप अगे नए सी मिलकिंग वाले शैड पशु खड़े आ उधर ये उन्होंने आप बैक साइड पर आ गए आ अंदर कर ले पशु आ खड़े ने और भी कर ले भाई वो सामने वो बाड़ ले अंदर पशु ले जा रहे हैं सारे शैडा के दोपहर का समा हूँ चलिया हूँ इन्हों पठे पुठे पाउंगे जदों कि चरन वास्ते उधर नहीं ले जाना हों फिर हरेक आ देखो जिमें आ शैड के सामने आ बाड़ा तो आ पानी का प्रबंध सामने पिया ये हरेक शैड के पिछे एवें आ देखो पुराने बरोटिया के दरख्त बोर्ड के पिपलों के बहुत शानदार दरख्त इत्थे सारे लगे हुए आ शैड के सामने आ हो गया यानी सारे शैडा के सामने ये चीज़ है।